ਸਰ ਹੁਣ ਆਪਾਂ ਜਾਣਾਂਗੇ ਕਿ ਇਹ ਤੁਹਾਡਾ ਨਾਮ ਤੇ ਤੁਸੀਂ ਕੀ ਕੀਤਾ ਕੀਤਾ ਹੋਇਆ ਵਾ ਉਸ ਬਾਰੇ ਜੀ ਸਾਡੇ ਸਰੋਤਿਆਂ ਨੂੰ ਜਰੂਰ ਦੱਸੋ ਸਰ। ਮੈਂ ਐਜੂਕੇਸ਼ਨ ਦੇ ਵਿੱਚ ਹਾਈ ਸਕੂਲ ਦੇ ਵਿੱਚ ਮਾਸਟਰ ਹੈਡ ਮਾਸਟਰ ਸੀ ਜੀ, ਫਿਰ ਉਸ ਤੋਂ ਬਾਅਦ ਮੈਂ ਆਪਣੇ ਪੁੱਤੇ ਪ੍ਰਿੰਸੀਪਲ ਸੀਗਾ। ਇਹ ਸਰ ਕਿਹੜੇ ਸਕੂਲ ਜੀ? ਉਹ ਆਪਦਾ ਸਰ ਪ੍ਰਾਈਵੇਟ ਚਲਾਇਆ ਸੀ। ਅੱਛਾ ਜੀ, ਪ੍ਰਾਈਵੇਟ ਜੀ ਸਰ। ਤੇ ਉਸ ਤੋਂ ਬਾਅਦ ਉੱਥੇ ਫਿਰ ਰਿਟਾਇਰ ਹੋ ਗਿਆ ਜੀ ਸਰ। ਅਤੇ ਸਰ ਤੁਸੀਂ ਦੱਸ ਸਕਦੇ ਸੋ? ਮੈਂ ਸ਼ਹਿਰ ਦੇ ਵਿੱਚ ਹੀ ਲੋਕਲ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਜੀ, ਉਹਦੇ ਵਿੱਚ ਸਰਵਿਸ ਕੀਤੀ ਹੈ ਜੀ ਸਰ। ਠੀਕ ਹੈ, ਉੱਥੋਂ ਰਿਟਾਇਰ ਹੋਏ ਜੀ ਸਰ। ਹੋਰ ਸਰ, ਸ਼ੁਭ ਨਾਮ ਜੀ? ਮੇਰਾ ਨਾਮ ਹਰਜਿੰਦਰ ਸਿੰਘ। ਠੀਕ ਹੈ ਜੀ। ਇਹ ਸਰ ਤੁਸੀਂ ਜੀ? ਹਾਂਜੀ, ਮੈਂ ਹੈਲਥ ਡਿਪਾਰਟਮੈਂਟ 'ਚੋਂ ਐਜ਼ ਅ ਫਾਰਮਾਸਿਸਟ ਰਿਟਾਇਰ ਹੋਇਆ ਜੀ। ਪ੍ਰਾਇਮਰੀ ਹੈਲਥ ਸੈਂਟਰ ਬੁਲਟੋ ਕੰਮ ਕਰਨਾ ਜੀ ਸਰ। ਹਾਂਜੀ। ਅਤੇ ਸਰ ਸ਼ੁਭ ਨਾਮ ਜੀ? ਮੇਰਾ ਨਾਮ ਬਲਿਹਾਰ ਸਿੰਘ। ਠੀਕ ਹੈ ਜੀ। ਸਰ ਤੁਸੀਂ ਜੀ? ਮੈਂ ਜੀ ਉੱਥੋਂ 73 ਤੋਂ ਲੈ ਕੇ 78 ਤੱਕ ਇੱਥੇ ਨੌਕਰੀ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜੀ ਸਰ ਜੀ। ਅਤੇ ਉਸ ਤੋਂ ਬਾਅਦ ਮੈਂ ਉੱਥੋਂ ਮਤਲਬ ਛੱਡਤੀ, ਅਤੇ ਫਿਰ ਮੈਂ ਆਪਣਾ ਕੰਟਰੈਕਟਰ ਦਾ ਕੰਮ ਕੀਤਾ ਮਿਊਨਸਪਲ ਕਾਰਪੋਰੇਸ਼ਨ ਅੰਮ੍ਰਿਤਸਰ 'ਚ ਜੀ ਸਰ। ਅਤੇ ਦਿਲਦਾਰ ਸਾਹਿਬ ਸਾਡੇ ਉੱਥੇ ਅਫਸਰ ਸੀ, ਲੈਂਡ ਕੇ ਉਹ ਅਫਸਰ ਸਰ ਦਿਲਦਾਰ ਸਾਹਿਬ ਜੀ ਸਰ ਸਿੰਘ ਜੀ ਦਿਲਦਾਰ ਜੀ, ਹੁਣ ਵੀ ਇੱਥੇ ਮਿਲਦੇ ਕਈ ਦਫਾ ਜੀ ਸਰ। ਹਾਂਜੀ ਹਾਂਜੀ ਬਿਲਕੁਲ ਜੀ, ਥੈਂਕ ਯੂ ਸਰ ਜੀ। ਅੱਛਾ, ਇੱਕ ਹੋਰ ਐਡ ਕਰ ਲਿਓ ਜੀ ਸਰ, ਜਿਹੜੇ ਤੁਸੀਂ ਪੁੱਛਣੇ ਚਾਹੁੰਦੇ। ਇਹ ਸਰ ਜੀ ਆਪਾਂ ਗੱਲਬਾਤ ਕਰੀਏ GT ਰੋਡ ਦੀ, ਜਿਸ ਤਰ੍ਹਾਂ ਕਿ ਆਪਾਂ ਦੇਖ ਜਾਂਦੇ ਸੀ ਟਾਹਲੀਆਂ, ਸਫੇਦੇ, ਬੋਰਡ, ਪਿੱਪਲ, ਕਾਫੀ ਰੁੱਖ ਲੱਗੇ ਹੁੰਦੇ ਸੀ, ਪਰ ਜਿਉਂ ਜਿਉਂ ਅਸੀਂ ਵੱਡੇ ਹੋ ਰਹੇ ਹਾਂ ਅਤੇ ਉਹ ਪੌਦੇ ਜਿਹੜੇ ਖਤਮ ਹੋਈ ਜਾ ਰਹੇ ਆ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ? ਇੱਕ ਤਾਂ ਜਦੋਂ GT ਰੋਡ ਬਣਾਈ ਆ ਉਹਨਾਂ ਨੂੰ ਜਗ੍ਹਾ ਚਾਹੀਦੀ ਸੀ, ਇਸ ਕਰਕੇ ਉਹਨਾਂ ਨੂੰ ਦਰਖਤ ਤੋਂ ਕੱਟਣੇ ਪਏ, ਉਹਦੀ ਥਾਂ 'ਤੇ ਉਹਨਾਂ ਕੰਪਨਸੇਟ ਕਰਨ ਲਈ ਲਾਏ ਆ ਜੀ। ਚਲੋ ਉਹ ਜੇ ਉਹਦਾ ਰੂਪ ਨਹੀਂ ਤੇ ਕਾਣੇ ਰੁੱਖ ਤਾਂ ਬਹੁਤ ਚੰਗੇ ਸੀ, ਟਾਹਲੀ ਆ, ਕਿੱਕਰ ਆ, ਨਿੰਮ ਆ ਜੀ, ਸਾਰੇ ਮੈਡੀਕੇਟਡ ਪਲਾਂਟ ਸੀ ਜੀ ਸਰ। ਅਤੇ ਇਹ ਜਿਹੜੇ ਹੋਣ ਵਾਲੇ ਨੇ ਇਹਨਾਂ ਬਾਰੇ ਅਜੇ ਸਾਨੂੰ ਇਹਨਾਂ ਨੇ ਨੌਲੇਜ ਕਿ ਇਹ ਵੀ ਉਹਨੇ ਮੈਡੀਕੇਟਡ ਆ ਜਾਂ ਇਕੱਲੀ ਆਕਸੀਜਨ ਹੀ ਦਿੰਦੇ ਆ। ਹਾਂਜੀ ਜੀ ਸਰ। ਹਾਂਜੀ, ਉਹਨਾਂ ਦੀ ਘਾਟ ਆ ਜਿਹੜੀ ਨਹੀਂ ਹੋਣੀ ਚਾਹੀਦੀ, ਉਹ ਵੀ ਲੱਗਣੇ ਚਾਹੀਦੇ ਆ ਨੇ। ਉਹਦੇ ਵਿੱਚ ਵੀ ਕਈ ਬੋਰਡ ਜਾਂ ਪਿੱਪਲ ਉਹਨਾਂ ਲਾਏ ਆ ਜੀ ਸਰ, ਜਿਹੜੇ ਲੱਗੇ ਆ ਨਾ ਸਾਈਡਾਂ 'ਤੇ। ਹਾਂਜੀ, ਉਹਦੇ ਵਿੱਚ ਵੀ ਕਈਆਂ ਥਾਵਾਂ 'ਤੇ ਬੋਰਡ ਵੀ ਹੈਗੇ, ਪਿੱਪਲ ਵੀ ਹੈਗੇ ਆ ਜੀ, ਜਿਹੜੇ ਸਾਡੇ ਪੁਰਾਤਨ ਧਰੇਕਾਂ ਹੈਗੀਆਂ ਵਾ, ਨਿੰਮਾਂ ਹੈਗੀਆਂ ਵਾ। ਪਰ ਸਰ ਜੇ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਕਿ ਇੱਕ ਸਾਡੇ ਘਰ ਦਾ ਬਜ਼ੁਰਗ ਆ, ਉਹ ਹੀ ਜਿਹੜੇ ਕਿ ਛੋਟੇ ਬੱਚੇ ਹੁੰਦੇ ਆ ਪਰਿਵਾਰ ਦੇ, ਭਾਵੇਂ 5 ਮੈਂਬਰ ਹੁੰਦੇ ਆ, ਉਹ ਬੋਰਡ ਹੀ ਜਿਹੜਾ ਕਿ ਉਹਨਾਂ ਨੂੰ ਸੰਭਾਲਦਾ ਵਾ। ਪਰ ਜੇ ਹੁਣ ਕਿੰਨਾ ਸਮਾਂ ਲੱਗ ਜਾਏਗਾ ਇਸ ਬੋਰਡ ਪਿੱਪਲ ਨੂੰ ਤਿਆਰ ਹੋਣ 'ਚ? ਹਾਂਜੀ, ਪਰ ਵਿਕਾਸ ਜਿਹਦਾ ਹੁੰਦਾ ਵਾ ਕਿਸੇ 'ਚ। ਮੈਂ ਇਹ ਤਜਰਬਾ ਕੀਤਾ ਜੀ ਸਰ, ਇਹ ਮੈਂ ਆਪਦੇ ਸਕੂਲ ਦੇ ਵਿੱਚ ਬੋਰਡ ਨੂੰ ਟੁੱਟ ਕੇ, ਬੋਰਡ ਕਿੱਡਾ ਸੀ ਮੇਰਾ ਖਿਆਲ 3-4 ਫੁੱਟ, 5 ਕੁ ਫੁੱਟ ਸੀਗਾ ਜੀ ਸਰ, ਜਦੋਂ ਮੈਂ ਉਹਨੂੰ ਲੈ ਕੇ ਆਇਆ। ਉਸ ਤੋਂ ਬਾਅਦ ਉਹ 4 ਸਾਲ ਦੇ ਵਿੱਚ ਚਾਹੁੰਦੇ ਹਾਂ, 4 ਸਾਲ ਦੇ ਵਿੱਚ ਜੀ। ਔਰ ਫਿਰ ਹੁਣ ਮੈਨੂੰ 32 ਸਾਲ ਹੋ ਗਏ ਰਿਟਾਇਰ ਹੋਏ ਨੂੰ ਜੀ ਸਰ, ਅਤੇ ਹੁਣ ਜਾ ਕੇ ਜੋ ਦੇਖਾ ਪੂਰੀ ਕਲਾਸ ਥੱਲੇ ਛਾਵੇਂ ਬਹਿ ਜਾਂਦੀ ਵੱਡੀ ਤੋਂ ਵੱਡੀ ਜੀ ਸਰ। ਹਾਂ,